ਲੱਖ 6 ਹੋ ਗਏ 2 ਲੱਖ 2 ਲੱਖ 2 ਲੱਖ 2 ਲੱਖ 8 ਆ ਹੈਗੀ ਹੈ ਜੀ ਪਾਣੀ ਦੀ ਬੋਤਲ ਪਾਣੀ ਪਾਇਆ ਹੋਇਆ ਚਾਹ ਬਾਲਟੀ 'ਚ ਵੀ ਪਾਣੀ ਹੈ ਠੀਕ ਹੈ ਅਤੇ 2 ਲੱਖ ਰੁਪਏ ਦਾ ਨਾਮ ਹੈ ਜੀ ਜਿਹੜਾ ਬੰਦਾ ਇਹਨੂੰ 6 ਸਕਿੰਟ ਦੇ ਵਿੱਚ ਖਾਲੀ ਕਰ ਦੂਗਾ 2 ਲੱਖ ਰੁਪਏ ਦਾ 2 ਲੱਖ ਦਾ ਜੀ 6 ਸਕਿੰਟ ਦੇ ਵਿੱਚ ਖਾਲੀ ਕਰਨੀ ਹੈ ਪਾਣੀ ਕੱਢਣਾ ਚੋਂ ਅੱਛਾ ਉਹ ਵੀ 6 ਸੈਕਿੰਡ ਦੇ ਵਿੱਚ 6 ਸੈਕਿੰਡ ਠੀਕ ਹੈ ਜੀ 6 ਸਕਿੰਟ ਦੇ ਵਿੱਚ ਜੇ ਕੋਈ ਬੰਦਾ ਕਹਿੰਦਾ ਵੀ ਇਹ ਹੋ ਹੀ ਨਹੀਂ ਸਕਦੀ ਪੋਸੀਬਲ ਨਹੀਂ ਅਸੀਂ ਬੈਠੇ ਹਾਂ ਬੋਤਲ ਭੰਨਣੀ ਨਹੀਂ ਇਹ 'ਚ ਮੋਰਾ ਨਹੀਂ ਕਰਨਾ ਬੋਤਲ ਸਾਫ਼ ਹੀ ਰੱਖਣੀ ਹੈ ਅਤੇ ਖਾਲੀ ਕਰਨੀ ਹੈ ਜੀ 6 ਸਕਿੰਟ ਦੇ ਵਿੱਚ ਫਿਰ ਇਹ ਤਾਂ ਹੀ ਹੋ ਜੂਗੀ ਮੁੱਦੀ ਟਾਈਮਰ ਲਾ ਲੈ ਬਾਈ ਟਾਈਮਰ ਲਾ ਲੈ 1 ਮਿੰਟ ਬਾਈ ਸਟੋਪ ਵਾਚ ਲਾ ਲੈ ਮੈਂ ਲਾਉਣਾ ਹੈਗਾ ਤੁਹਾਡੇ ਕੋਲ ਹਾਂ ਮੈਂ ਸਟੋਪ ਵਾਚ ਲਾਉਣਾ ਲੈ ਬਾਈ ਭੰਨ ਨਹੀਂ ਸਕਦੇ ਬੋਤਲ ਨੂੰ ਕੁਛ ਨਹੀਂ ਕਰਨਾ ਜੀ ਬੋਤਲ ਭੰਨਣੀ ਨਹੀਂ ਬੋਤਲ ਖਾਲੀ ਕਰਨੀ ਹੈ ਪਾਣੀ ਕੱਢਣਾ ਪਾਣੀ ਬਾਹਰ ਕੱਢਣਾ ਬੋਤਲ ਦਾ ਮੈਂ ਇੱਕ ਗੱਲ ਹੋਰ ਕਹਿੰਦਾ ਜੀ ਬੋਤਲ ਤੁਹਾਡੇ ਸਾਰਿਆਂ ਦੇ ਘਰੇ ਹੈ ਠੀਕ ਹੈ ਹਰੇਕ ਦੇ ਘਰੇ ਹੈਗੀ ਹੈ ਕੰਚ ਵਾਲੀ ਹੋਵੇ ਕਿ ਰਬੜ ਵਾਲੀ ਵੀ ਕੰਚ ਦੀ ਰਬੜ ਦੀ ਜੋ ਮਰਜ਼ੀ ਹੈ ਕੰਚ ਵਾਲੀ ਬੋਤਲ ਜ਼ਿਆਦੇ ਕਹਿੰਦੇ ਰਬੜ ਦੀ ਤਾਂ ਆਪਾਂ ਦੱਬ ਦਾਂਗੇ ਜ਼ੋਰ ਨਾਲ ਕੰਚ ਦੀ ਬੋਤਲ ਲੈ ਕਰੋ ਠੀਕ ਹੈ ਜੀ ਕੰਚ ਦੀ ਬੋਤਲ ਖਾਲੀ ਕਰਨੀ ਹੈ 6 ਸਕਿੰਟ ਦੇ ਵਿੱਚ ਲਓ ਜੀ ਸਟਾਪ ਬਾਅਦ ਲਾਤਾ ਮੈਂ ਠੀਕ ਹੈ ਕਰਦਾ ਬਈ ਸ਼ੁਰੂ ਕਰ ਦੋ ਜੀ ਲਓ ਮਾਰੋ ਮੁੱਦੀ ਕਰਨ ਦਾ ਬਾਅਦ ਹਾਂ ਚਲੋ 6 ਸਕਿੰਟਾਂ ਦੇ ਵਿੱਚ ਖਾਲੀ ਕਰਨੀ ਹੈ 6 ਸਕਿੰਟਾਂ ਜੀ ਕਰਾਂਗੇ ਜੀ 4 ਹੀ ਹੋਏ ਟੱਪ ਗਿਆ ਜੀ ਕਿੰਨਾ ਟੱਪ ਗਿਆ ਜੀ ਟਾਈਮ ਇਹ ਤਾਂ 8 ਤੇ ਵੱਗ ਗਿਆ ਸ਼ਰਮਾ ਜੀ ਟੱਪ ਗਿਆ ਟਾਈਮ ਜੀ 10 ਤੇ ਵੱਗ ਗਿਆ ਤਾਂ ਟੱਪ ਗਿਆ ਜੀ ਠੀਕ ਹੈ ਜੀ 6 ਸਕਿੰਟ ਦੇ ਵਿੱਚ 2 ਲੱਖ ਰੁਪਏ ਦਾ ਚੈਲੰਜ ਹੈ ਸਾਡਾ ਲੈ ਸ਼ਰਮਾ ਜੀ ਚੱਕ ਲਓ 2 ਲੱਖ ਭਰ ਲੈ ਬੋਤਲ ਹੀ ਖਾਲੀ ਕਰਨੀ ਹੈ ਪਾਣੀ ਦੀ ਐਡਾ ਤਾਂ ਕੋਈ ਬਾਲਾ ਵੱਡਾ ਮਸਲਾ ਹੀ ਨਹੀਂ ਹੈਗਾ ਤਾਂ ਹਾਂਜੀ ਮੈਂ ਝੂਟੇ ਪੂਰੇ ਦੱਬ ਕੇ ਲਾਓ ਦੱਬ ਕੇ ਲਿਆ ਫੜਾ ਜਾ ਦੱਬ ਕੇ ਤੁਸੀਂ ਦੇਖੀ ਅਸੀਂ ਤਾਂ ਪਰਾਂ ਹੋ ਜਾਾਂਗੇ ਮਾੜਾ ਜਿਹਾ ਸਾਈਡ ਤੇ ਹੋ ਜਾਾਂਗੇ ਕੋਈ ਚੱਕਰ ਨਹੀਂ 2 ਲੱਖ ਦੀ ਕੁੱਟੀ ਅਸੀਂ ਨੇ ਜਿੱਤੀ ਲੈ ਬੋਤਲ ਭਰ ਗਈ ਜੀ ਪਾਣੀ ਦੀ ਦਾੜ ਟਾਈਮ ਲਾਤਾ ਜੀ ਲੱਗ ਗਿਆ ਜੀ ਲੱਗ ਗਿਆ ਜੀ ਲੈ ਸ਼ਰਮਾ ਜੀ ਪਟਾਕੇ ਪਾਓ ਗਿਰਾਂ ਜ਼ੋਰ ਮਾਰੋ ਮਾੜਾ ਜਿਹਾ ਜ਼ੋਰ 3 ਸਕਿੰਟ ਹੋ ਗਏ ਜੀ 4 ਹੋ ਗਏ 5 ਹੋ ਗਏ ਜੀ 6 ਸਕਿੰਟ ਹੋ ਗਏ ਜੀ ਪੂਰੇ ਠੀਕ ਹੈ ਜੀ 6 ਸਕਿੰਟ ਹੋ ਗਏ ਜੀ ਪੂਰੇ ਹਾਂਜੀ ਹੋਰ ਲੈ ਲਈ ਅਸੀਂ ਤਾਂ ਇਹ ਤੁਸੀਂ 10 ਮੌਕੇ ਲੈ ਲਓ ਤੂੰ ਚੱਲਦਾ ਕਰ ਠੀਕ ਹੈ ਬੋਤਲ ਖਾਲੀ ਕਰਨੀ ਹੈ ਤੁਸੀਂ ਕਰ ਦੋਗੇ ਬਾਈ ਅਸੀਂ ਜੇ ਅਸੀਂ ਕਰਾਂਗੇ ਤਾਂ ਹੀ ਕਿਹਾ ਨਾ ਨਹੀਂ ਚੀਜ਼ ਹੋਰ ਵਰਤ ਕੱਲ ਨੂੰ ਤਾਂ ਸਾਡਾ ਕੋਈ ਗਲ ਫੜ ਲੂਗਾ ਤੁਰੇ ਜਾਂਦਿਆਂ ਨੂੰ ਬਾਈ ਕਰਕੇ ਦਿਖਾ ਬੋਤਲ ਨਹੀਂ ਕੋਈ ਹੋਰ ਚੀਜ਼ ਯੂਜ਼ ਕਰ ਸਕਦੇ ਉਸ ਮਰਜ਼ੀ ਯੂਜ਼ ਕਰ ਲਓ ਕੋਈ ਚੱਕਰ ਨਹੀਂ ਇਹ 'ਚ ਕੀ ਕਰ ਸਕਦੇ ਉਸ ਮਰਜ਼ੀ ਯੂਜ਼ ਕਰ ਲਓ ਇਹ 'ਚ ਗਲ 'ਚ ਹੁਣ ਕੀ ਪਾ ਲਓਗੇ ਤੁਸੀਂ ਲਓ ਲਓ ਜੀ ਮੈਂ ਦੁਬਾਰੇ 1 ਮਿੰਟ ਬਾਈ ਲੈ ਸਟਾਪ ਵਾਚ ਲਾ ਦੋ ਇਹ ਲਓ ਜੀ ਸ਼ਰਮਾ ਜੀ ਪੜਾ ਸਟਾਰਟ ਹੈ ਜੀ ਤੇਜ਼ ਤੇਜ਼ ਕਰੋ ਯਾਰ ਪੂਰਾ ਚਲੋ 3 ਸਕਿੰਟ ਹੋ ਗਏ ਜੀ 4 ਹੋ ਗਏ 5 ਹੋ ਗਏ ਜੀ 6 ਹੋ ਗਏ 2 ਲੱਖ 2 ਲੱਖ 2 ਲੱਖ 2 ਲੱਖ 8 10 ਸਕਿੰਟ ਹੋ ਗਏ ਜੀ ਉੱਥੇ ਪਹੁੰਚ ਜਾਂਦਾ ਟਾਈਮ ਹਾਂਜੀ ਕਾਤੋਂ ਨਹੀਂ ਹੁੰਦੀ ਇਹ ਲੈ ਵੀ ਬਾਈ ਕਹਿੰਦਾ ਲੀਟਰ ਪਾਣੀ ਪੈਂਦਾ ਮਸਾਂ ਇਹ ਚ ਲੀਟਰ ਪਾਣੀ ਹੈ ਬੋਤਲ ਖਾਲੀ ਕਰਨੀ ਹੈ 6 ਸਕਿੰਟ ਦੇ ਵਿੱਚ ਦੇਖੋ ਜੀ ਠੀਕ ਹੈ ਜੀ 6 ਸਕਿੰਟ ਤਾਂ ਬਹੁਤ ਨਹੀਂ ਹੁੰਦੀ ਕਿਉਂ ਨਹੀਂ 6 ਸੈਕਿੰਡ ਦੇ ਵਿੱਚ ਅਸੀਂ ਕਰਕੇ ਦਿਖਾਵਾਂਗੇ ਬਾਈ ਜੇ ਕੋਈ ਬੰਦਾ ਨਹੀਂ ਕਰੋਗੇ ਹਾਂ ਬੋਤਲ ਖਾਲੀ ਕਰਾਂਗੇ ਬਾਈ ਬੋਤਲ ਤਾਂ ਨਹੀਂ ਭੰਨਦੇ ਨਾ ਬੋਤਲ ਭੰਨਦੇ ਨਾ ਇਹ ਚ ਕੋਈ ਮੋਰਾ ਕਰਦੇ ਕੁਝ ਨਹੀਂ ਕਰਦੇ ਨਾ ਥੱਲਾ ਕੱਢਦੇ ਆ ਗਲ ਥਾਲੀ ਖਾਲੀ ਕਰਾਂਗੇ ਲੈ ਚਲੋ ਕਰੋ ਲੈ ਬਈ ਟਾਈਮ ਸਟਾਰਟ ਹੈ ਟਾਈਮ ਲਾ ਦਿਓ ਜੀ ਚਲੋ ਜੀ ਲੱਗ ਗਿਆ ਚਲੋ ਲਓ ਜੀ ਲੈ ਇਹ ਤਾਂ ਹੀ ਨਾਰਮਲੀ ਕਰੀ ਜਾਂਦਾ ਐ ਕਿੱਥੋਂ ਜੀ ਇੱਥੇ ਜ਼ੋਰ ਲਾਉਣ ਵਾਲੇ ਲੰਘ ਲਓ ਜੀ ਟੱਪ ਗਿਆ ਟਾਈਮ ਟੱਪ ਗਿਆ ਜੀ ਟਾਈਮ ਦੇਖਾ ਦੇ ਬਈ ਇੱਕ ਵਾਰੀ ਅਸੀਂ ਹੋਰ ਕਰਦੇ ਦੇਖ ਲਓ ਜੀ ਨਹੀਂ ਫਿਰ ਇਹਨਾਂ ਤੋਂ ਕਰਵਾ ਕੇ ਦੇਖਾਂਗੇ ਆਪਾਂ ਫਿਰ ਇਹ ਤਾਂ ਹੁਣ ਪਤਾ ਲੱਗ ਗਿਆ ਯਾਰ ਐਡਾ ਚੈਲੰਜ ਹੁਣ ਅਸੀਂ ਕਰਕੇ ਦਿਖਾਵਾਂਗੇ ਕਰਕੇ ਤਾਂ ਜੀ ਦਿਖਾਉਣਾ ਪਊਗਾ ਫਿਰ ਹੁਣ ਫਿਰ ਲੋਕ ਕਹਿੰਦੇ ਨੇ ਯਾਰ 2 ਲੱਖ ਦੀ ਸ਼ਰਤ ਰੱਖੀ ਸੀ ਤੁਸੀਂ ਆਪ ਕੱਟ ਕੇ ਦਿਖਾਤਾ ਮੁੜ ਕੇ ਸਾਨੂੰ ਤਾਂ ਟਾਈਮ ਹੀ ਨਹੀਂ ਦਿੱਤਾ ਦੇਖ ਲਓ ਹਾਂ ਦੇਖ ਲਓ 6 ਸਕਿੰਟ ਦੇ ਵਿੱਚ ਬੋਤਲ ਖਾਲੀ ਕਰਨੀ ਹੈ 6 ਸੈਕਿੰਡ ਦੇ ਵਿੱਚ ਲਓ ਜੀ ਲਾਓ ਜੀ ਸਟਾਰਟ ਹੈ ਜੀ ਚਲਾਤਾ ਟਾਈਮ ਚਲੋ ਹਾਂਜੀ ਲਓ ਜੀ 3 ਸਕਿੰਟ 4 5 6 ਲਓ ਜੀ ਨਹੀਂ ਹੁੰਦਾ ਜੀ ਇਸ ਤਰੀਕੇ ਨਾਲ ਨਹੀਂ ਹੁੰਦਾ ਸਪੀਡ ਨਾਲ ਕਰਕੇ ਦੇਖੀਏ ਇਹ ਮਿਲਦਾ ਅਸੀਂ ਕਰਕੇ ਦੇਖਾਂਗੇ 2 ਲੱਖ ਸਾਡਾ ਵੀ ਨਹੀਂ ਜੀ ਕਰਦਾ ਛੱਡ ਜਿਆਦਾ ਜੀ ਜਵਾਬ ਲੈ ਲਓ ਦੇ ਦਿਖਾ ਦਿਓ ਮੈਂ ਤਾਂ ਕਹਿੰਦਾ ਕਰਕੇ ਦਿਖਾ ਦਈਏ ਹਾਂ ਦਿਖਾ ਦਿਓ ਜੀ ਕਰਕੇ 6 ਸਕਿੰਟ ਦੇ ਵਿੱਚ ਹਾਂ 6 ਸਕਿੰਟ ਟਾਈਮ ਨੋਟ ਕਰ ਲਿਓ ਪਰ ਬਾਈ ਮਾੜਾ ਜਿਹਾ ਪਾਣੀ ਲਓ ਜੀ ਲਓ ਟਾਈਮ ਤਾਂ ਤੁਹਾਡਾ ਉਹ ਲਾ ਕੇ ਦਿਖਾ ਦਿਓ ਜੀ ਇਹਨੂੰ ਸ਼ਰਮੇ ਨੂੰ ਫੜਾ ਦਿਓ ਹਾਂ ਕੋਈ ਚੱਕਰ ਨਹੀਂ ਇਹ ਤਾਂ ਵੀਡੀਓ ਵੀ ਚੱਲਣ ਲੱਗ ਰਹੀ ਹੈ ਵੀਡੀਓ ਚੱਲਣ ਲੱਗ ਰਹੀ ਹੈ ਤੁਸੀਂ ਇਹ ਚ ਕਰਨਾ ਕੀ ਹੈ ਜੀ ਇੱਧਰ ਆ ਕੀ ਹੈ ਤੁਸੀਂ ਇੱਕ ਪੈਪ ਵਰਤਣੀ ਹੈ ਜੀ ਪੈਪ ਫਰੂਟੀ ਵਾਲੀ ਪੈਪ ਹੁੰਦੀ ਹੈ ਜਾਂ ਹੋਰ ਜਾਂ ਆ ਲੈਵਲ ਪੈਪ ਆਪਣੇ ਕੋਲੇ ਠੀਕ ਹੈ
ਠੀਕ ਹੈ ਠੀਕ ਹੈ ਕੋਈ ਬੋਤਲ ਨਹੀਂ ਮੈਂ ਭਾਂਦਾ ਕੁਛ ਨਹੀਂ ਕਰਦਾ ਠੀਕ ਹੈ ਤੁਸੀਂ ਇਹਦੇ ਵਿੱਚ ਪੈਪ ਪਾਉਣੀ ਹੈ ਜੀ ਪੈਪ ਇਹਦੇ ਮੂੰਹ ਚ ਪਾ ਲਈ ਮੰਨ ਲਓ ਇਹਦੇ ਮੂੰਹ ਦੇ ਵਿੱਚ ਪੈਪ ਪਾ ਲਈ ਤੁਸੀਂ ਠੀਕ ਹੈ ਠੀਕ ਹੈ ਜੀ ਇਸ ਤੋਂ ਬਾਅਦ ਇਹ ਇੱਥੇ ਤੱਕ ਤੁਸੀਂ ਪੈਪ ਪਾ ਲਈ ਪੈਪ ਨੂੰ ਥੋੜਾ ਜਿਹਾ ਇੱਦਾਂ ਕਰ ਲੈਣਾ ਇੱਧਰ ਮੋੜ ਲਿਆ ਇੱਧਰ ਰਸਤਾ ਦੇਤਾ ਪਾਣੀ ਪੈਪ ਰਾਹੀਂ ਨਹੀਂ ਨਿਕਲਦਾ ਜੀ ਟਾਈਮ ਨੋਟ ਕਰ ਲਓ ਤੁਸੀਂ ਟਾਈਮ ਤਾਂ ਮੈਂ ਆਪ ਹੀ ਕਰ ਲੂੰਗਾ ਹਾਂ ਜੀ ਚਲਾ ਠੀਕ ਹੈ ਪੈਪ ਇੱਥੇ ਕਰ ਲੈਣੀ ਹੈ ਉਦੋਂ ਬਾਅਦ ਇਹਨੂੰ ਮੁੱਦੀ ਕਰ ਦੇਣਾ ਜੀ ਠੀਕ ਹੈ ਜੀ ਇੱਕ ਮਿੰਟ ਜੀ ਇੱਕ ਮਿੰਟ 'ਚ ਪਾਣੀ ਭਰ ਗਿਆ ਇੱਕ ਮਿੰਟ ਇਹ 'ਚ ਪਾਣੀ ਨਹੀਂ ਭਰਨ ਦੇਣਾ ਦੁਬਾਰੇ ਕਰ ਲਓ ਇੱਕ ਮਿੰਟ ਛੱਡਦੇ ਤੁਹਾਨੂੰ 6 ਘੰਟੇ ਕਰਕੇ ਦਿਖਾਉਂਗਾ ਅਸੀਂ ਇੱਧਰ ਟਾਈਮ ਨੋਟ ਕਰਾਂਗੇ ਜੀ 2 ਲੱਖ ਤੁਹਾਡੇ ਤੋਂ ਲਵਾਂਗੇ ਮਹਾ ਬਾਈ 2 ਲੱਖ ਰੁਪਇਆ ਲੈ ਜਿਓ 2 ਲੱਖ ਰੁਪਇਆ ਲੈ ਜਿਓ ਜੇ ਨਾ ਸਾਥੋਂ ਖਾਲੀ ਹੋਈ ਨਹੀਂ ਆਈ ਫੋਨ ਦੇ ਤੁਸੀਂ 2 ਲੱਖ ਰੁਪਇਆ ਲੈ ਜਿਓ ਬਾਈ ਜੇ ਨਾ ਖਾਲੀ ਹੋਈ ਰੁਪਇਆ ਨਗਦ ਚੱਕਾਂਗੇ ਇੱਥੋਂ ਅਸੀਂ ਤਾਂ ਹਾਰ ਗਏ ਪਰ ਜਿੱਤਣ ਫਿਰ ਹਾਂ 2 ਲੱਖ ਰੁਪਇਆ ਲੈ ਜਿਓ ਕੋਈ ਚੱਕਰ ਨਹੀਂ ਲਓ ਜੀ ਟਾਈਮ ਨੋਟ ਕਰ ਲਿਓ ਠੀਕ ਹੈ ਜੀ ਹਾਂ ਆ ਲਓ ਜੀ ਟਾਈਮ ਨੋਟ ਕਰ ਲੈ ਬਾਈ ਕਰ ਲਿਆ ਜੀ ਟਾਈਮ ਦੇਖ ਬਾਈ ਵੈਸੇ ਮੈਨੂੰ ਲੱਗਦਾ ਆਪਣੇ ਤੋਂ ਪਹਿਲਾਂ ਹੋ ਗਈ ਪਰ 6 ਘੰਟੇ ਤੋਂ ਟਾਈਮ ਟੱਪ ਗਿਆ ਨਹੀਂ ਟੱਪਿਆ ਬਾਈ ਲਾ 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 ਨਹੀਂ ਨਹੀਂ 1 ਮਿੰਟ ਤੁਹਾਨੂੰ ਲੱਗਦਾ ਵੀ ਟਾਈਮ ਜਿਵੇਂ ਟਾਈਮ ਲਾ ਬਾਈ ਕੱਢ ਸਟੋਪਵਾਚ ਬਾਈ ਸਟੋਪਵਾਚ ਕੱਢ ਸਟੋਪਵਾਚ ਕੱਢ ਲੈ ਮੈਂ ਇਧਰੋਂ ਦੇਖ ਲੂੰਗਾ ਟਾਈਮ ਦੀ ਸੋਚ ਨਾ ਕਰ ਲੈ 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 ਤੀਜੀ ਵਾਰ ਕਰਕੇ ਦਿਖਾਉਣ ਲੱਗਾ ਪਰ ਮੈਨੂੰ ਲੱਗਦਾ ਵੀ ਟਾਈਮ ਵੱਧ ਲੱਗਾ ਮੈਂ ਇਹਦੀ ਇਧਰੋਂ ਨੋਟ ਕਰੂੰਗਾ ਡਨ ਲੈ ਬਾਈ 6 ਘੰਟੇ ਦੇ ਵਿੱਚ ਖਾਲੀ ਹੋਣ ਵਾਲਾ 6 ਘੰਟੇ ਦੇ ਵਿੱਚ ਜੀ ਮੈਂ ਇਧਰੋਂ ਹੁਣ ਪੱਕਾ ਆਪਦਾ ਨੋਟ ਕਰ ਲੂੰਗਾ ਪੱਕਾ ਨੋਟ ਕਰ ਲਈ ਬਾਈ ਕਰ ਲਓ ਜੀ ਹਾਂ ਠੀਕ ਹੈ ਜੀ ਤੁਸੀਂ ਕਰ ਦਿਓ ਉਧਰੋਂ ਆ ਲਓ ਜੀ ਦੇਖ ਲੈ ਬਾਈ ਨੋਟ ਕਰ ਲੈ ਟਾਈਮ ਹੋ ਗਈ ਜੀ 6 ਘੰਟਾ 6 ਘੰਟਾ ਚ ਹੋ ਗਈ ਹਾਂ ਠੀਕ ਹੈ ਜੀ ਕੀ ਕਹਿਣਾ ਕੋਈ 1-10 ਘੰਟਾ ਵੱਧ ਲੱਗਿਆ ਹੋਵੇ ਨਹੀਂ ਲੱਗਦਾ ਵੀਰੇ 6 ਘੰਟੇ ਦਾ ਚੱਲ ਇਹਦਾ ਪੈਪ ਹੁਣ ਮੋਟੀ ਆ ਪਤਲੀ ਪੈਪ ਕਰ ਲੈ ਫਰੂਟੀ ਵਾਲੀ ਇਹ ਬਾਈ ਜੀ 4 ਸਕਿੰਟਾਂ ਦੇ ਵਿੱਚ ਵੀ ਖਾਲੀ ਹੋ ਜੂ ਇਹ ਟ੍ਰਿਕ ਕੀ ਹੈ ਅਸਲ ਚ ਟ੍ਰਿਕ ਇਹਦੇ ਵਿੱਚ ਇਹ ਹੈ ਜੀ ਇਹ ਹਵਾ ਨਿਕਲਦੀ ਹੈ ਨਾ ਜਿਹੜੀ ਹਵਾ ਭਰ ਜਾਂਦੀ ਹੈ ਜਦੋਂ ਆਪਾਂ ਇਹ 'ਚ ਪੈਪ ਪਾ ਕੇ ਇੱਥੇ ਛੱਡ ਲਈ ਇਹਦੇ ਨਾਲ ਨਹੀਂ ਲਾਉਣੀ ਥੋੜ੍ਹੀ ਛੱਡ ਕੇ ਰੱਖਣੀ ਹੈ ਪੈਪ ਹਵਾ ਪੈਪ ਰਾਹੀਂ ਆ ਜਾਂਦੀ ਪੈਪ ਰਾਹੀਂ ਹਵਾ ਆ ਜਾਂਦੀ ਹੈ ਜਦੋਂ ਹਵਾ ਨਿਕਲ ਗਈ ਬੋਤਲ ਖਾਲੀ ਠੀਕ ਹੈ ਜੀ